ਪੰਜਾਬ ਦੇ ਮਹਾਨ ਜੈਲਦਾਰ ਹਰੀ ਸਿੰਘ ਨਲੂਆ ਦੇ ਨਾਂ ਨੂੰ ਕੌਣ ਨਹੀਂ ਜਾਣਦਾ। ਦੱਸ ਦਈਏ ਕਿ ਅੰਮ੍ਰਿਤਸਰ 'ਚ ਨੌਜਵਾਨਾਂ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ। ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਨਾਮ 'ਤੇ ਅੰਮ੍ਰਿਤਸਰ 'ਚ ਨੈਸ਼ਨਲ ਬੋਡੀ ਬਿਲਡਿੰਗ ਕੰਪੀਟੀਸ਼ਨ ਹੋਣ ਜਾ ਰਿਹਾ ਹੈ, ਜਿਸ ਵਿੱਚ ਦੱਸ ਦਈਏ ਕਿ ਪੂਰੇ ਭਾਰਤ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਇੰਨਾ ਹੀ ਨਹੀਂ ਬਲਕਿ ਇਸ ਪੂਰੇ ਕੰਪੀਟੀਸ਼ਨ ਵਿੱਚ ਨੌਜਵਾਨਾਂ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਇਸ ਵਿੱਚ ਗੁਰਸਿੱਖ ਨੌਜਵਾਨ ਵੀ ਭਾਗ ਲੈ ਸਕਦੇ ਹਨ ਅਤੇ ਦੱਸ ਦਈਏ ਕਿ ਜੇਤੂ ਖਿਡਾਰੀ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਕੰਪੀਟੀਸ਼ਨ ਹਰੀ ਸਿੰਘ ਨਲਵਾ ਮੇਰੇ ਖਿਆਲ 'ਚ ਨਾਂ ਹੀ ਬੜਾ ਵੱਡਾ ਵਾ। ਉਹਨਾਂ ਦੇ ਨਾਂ 'ਤੇ ਮਿਸਟਰ ਇੰਡੀਆ ਕਰਾ ਰਹੇ ਆ ਹੈਰੀਬਿੰਦਰ ਹੋਰੀ ਬਿੱਲੇ ਭਾਅ ਜੀ, ਹੈਪੀ ਭਾਅ ਜੀ। ਸੈਕਿੰਡ ਕੰਪੀਟੀਸ਼ਨ ਆ ਗੁਰੂ ਨਾਨਕ ਭਵਨ 'ਚ ਹੋ ਰਿਹਾ 16 ਮਾਰਚ 'ਤੇ। ਅਜੀ ਕੰਪੀਟੀਸ਼ਨ 'ਚ ਜੋ ਪਲੇਅਰਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ, ਫੂਡ ਤੋਂ ਲੈ ਕੇ ਵੇਟ ਤੋਂ ਲੈ ਕੇ ਸਾਰਾ ਕੁਝ ਆਪਾਂ ਪਲੇਅਰ ਦੀ ਜੋ ਅਥਲੀਟ ਦੀ ਜ਼ਰੂਰਤ ਉਹ ਸਾਰੀ ਆਪਾਂ ਪੂਰੀ ਕੀਤੀ ਹੈ, ਜਿਹਦੇ 'ਚ ਕਿ ਆਪਾਂ ਕੈਸ਼ ਪ੍ਰਾਈਜ਼ ਚੰਗੇ ਰੱਖੇ ਆ। ਟੋਟਲ ਸਾਰੇ ਕੈਸ਼ ਪ੍ਰਾਈਜ਼ ਮਿਲਾ ਕੇ 20 ਲੱਖ ਰੁਪਏ ਦੇ ਲਾਗੇ ਬਣਦੇ ਆ। ਹਰ ਵੇਟ 'ਚ ਆਪਾਂ 5 ਕੈਟੇਗਰੀਆਂ ਨੂੰ ਕੈਸ਼ ਪ੍ਰਾਈਜ਼ 'ਤੇ ਸਪਲੀਮੈਂਟ ਆ। ਆ ਮੈਡਲ ਤੁਸੀਂ ਵੇਖ ਸਕਦੇ ਜੀ, ਕਿੱਡੇ ਸੋਹਣੇ ਮੈਡਲ ਨੇ, ਬੜੀ ਵਧੀਆ ਟਰੋਫੀਆਂ ਅਸੀਂ ਬਣਾਈਆਂ ਵਾ। ਅਤੇ ਪਲੇਅਰਾਂ ਵਾਸਤੇ ਮੇਨ ਅਸੀਂ ਮੇਨ ਜਿਸ ਤਰ੍ਹਾਂ ਕਿ ਆਪਾਂ ਅੱਜ ਕੱਲ੍ਹ ਵੇਖਣ ਦੇ ਆ, ਨਸ਼ੇ ਮੋਟੀਵੇਸ਼ਨ ਹੋਣਗੇ, ਨਸ਼ੇ ਤੋਂ ਦੂਰ ਰਹਿਣਗੇ। ਅਤੇ ਬਾਕੀ ਜਿਹੜੇ ਆਪਣੇ ਸਾਰੇ ਅਥਲੀਟ ਜਿਹੜੇ ਪੰਜਾਬ ਤੋਂ ਬਾਹਰ ਦੇ ਆ ਨੈਸ਼ਨਲ ਆ, ਉਹਨਾਂ ਦਾ ਅਸੀਂ ਸਟੇਅ ਫ੍ਰੀ ਕਰਾਇਆ, ਫੂਡ ਫ੍ਰੀ ਕਰਾਇਆ, ਮਤਲਬ ਵਧੀਆ ਸੋਚਿਆ। ਵੇਖੋ ਬਾਕੀ ਰਿਸਪੋਂਸ ਗੁਰੂ ਸਾਹਿਬ ਕਿਰਪਾ ਕਰਨਗੇ। ਨਹੀਂ ਭਾਅ ਜੀ, ਇਹ ਦੂਸਰਾ ਵਾ, ਪਹਿਲਾਂ ਵੀ ਪਿਛਲੇ ਸਾਲ ਹੋਇਆ ਸੀ, ਉਦੋਂ ਅਸੀਂ ਓਪਨ ਕਰਾਇਆ ਸੀ, ਹੁਣ ਅਸੀਂ ਫੈਡਰੇਸ਼ਨ ਅੰਡਰ ਕਰਾ ਰਹੇ ਹਾਂ। ਇਹਦੇ 'ਚ ਆਪਣਾ ਵੇਟ ਲਿਫਟਿੰਗ ਹੋਏਗੀ ਜਾਂ ਬੋਡੀ ਬਿਲਡਿੰਗ? ਭਾਅ ਜੀ ਇਹਦੇ 'ਚ ਬੋਡੀ ਬਿਲਡਿੰਗ ਹੋਏਗੀ, ਬਾਕੀ ਇੱਕ ਖਾਸ ਨਵੀਂ ਚੀਜ਼ ਇਹ ਆ, ਆਪਾਂ ਇੱਕ ਨਵੀਂ ਕੈਟੇਗਰੀ ਬਣਾਈ ਹੈ ਜਿਹਦਾ ਨਾਂ ਹੈ ਗੁਰਸਿੱਖ ਫਿਟਨੈਸ। ਜਿਹੜੇ ਆਪਣੇ ਅੰਮ੍ਰਿਤਧਾਰੀ ਵੀਰ ਬੋਡੀ ਦੇ ਵਾਲ ਨਹੀਂ ਲਾ ਪਾਉਂਦੇ ਨਾ, ਉਹਨਾਂ ਦੀ ਇੱਕ ਵੱਖਰੀ ਕੈਟੇਗਰੀ ਬਣਾਈ ਕਿ ਉਹ ਆਪਣੇ ਕਕਾਰਾਂ ਨਾਲ ਗੇਮ ਕਰ ਸਕਦੇ ਨੇ। ਹਾਂ, ਮੇਰਾ ਨਾਂ ਰਾਕੇਸ਼ ਕੁਮਾਰ, ਮੈਂ ਰਿਟਾਇਰ ਪੁਲਿਸ ਅਫਸਰ, ਮੈਂ ਅੰਮ੍ਰਿਤਸਰ 'ਚ ਸੇਵਾ ਕੀਤੀ ਹੈ। ਸਰ, ਇਹ ਜਿਹੜਾ ਕੰਪੀਟੀਸ਼ਨ ਰੱਖਿਆ ਜਾ ਰਿਹਾ ਹਰੀ ਸਿੰਘ ਨਲਵਾ ਜੀ ਦੇ ਨਾਂ 'ਤੇ, ਹੀ ਕਿਉਂ ਰੱਖਿਆ ਜਾ ਰਿਹਾ? ਕਿਉਂਕਿ ਇੱਕ ਐਸਾ ਯੋਧਾ ਹੋਇਆ ਜਿਹਨੇ ਆਜ਼ਾਦੀ ਦੇ ਵਿੱਚ ਔਰ ਪੰਜਾਬ ਤੋਂ ਲੈ ਕੇ ਸਰਹੱਦਾਂ ਉੱਥੋਂ ਤੱਕ ਅਫਗਾਨਿਸਤਾਨ ਤੱਕ ਜਿਹਦੀ ਸਾਡਾ ਰਾਜ ਸੀਗਾ ਪੰਜਾਬ ਦਾ, ਅਤੇ ਉਹ ਹਰੀ ਸਿੰਘ ਨਲਵਾ ਦੀ ਬਦੌਲਤ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ। ਅਤੇ ਉਸ ਯੋਧਿਆਂ ਦੇ ਨਾਂ 'ਤੇ ਹੀ ਐਡੇ ਵੱਡੇ ਕੰਪੀਟੀਸ਼ਨ ਦਾ ਨਾਂ ਇਸੇ ਕਰਕੇ ਰੱਖਿਆ। ਕਿਉਂਕਿ ਗੁਰਸਿੱਖ ਕੰਸੈਪਟ ਵਿੱਚ ਗੁਰੂ ਸਿੱਖ ਦਾ ਵੀ ਹੈ, ਤਾਂ ਜਦੋਂ ਗੁਰੂ ਸਿੱਖ ਦਾ ਕੰਸੈਪਟ ਹੈ ਪਹਿਲੀ ਵਾਰੀ ਹੋ ਰਿਹਾ ਕਿ ਜਿਹਦਾ ਜਿਸ ਤਰ੍ਹਾਂ ਪਹਿਲਾਂ ਸਾਰੀ ਬੋਡੀ ਦੇ ਵਾਲ ਲਾ ਕੇ ਨਾ ਬੋਡੀ ਬਿਲਡਿੰਗ ਕੀਤੀ ਜਾਂਦੀ ਹੈ, ਲੇਕਿਨ ਹੈਰੀ ਦਾ ਇੱਕ ਸੋਚ ਸੀਗੀ ਕਿ ਖੁਦ ਗੁਰੂ ਸਿੱਖ ਹੈ, ਇਸ ਕਰਕੇ ਇਹਨੇ ਸੋਚਿਆ ਕਿ ਨਹੀਂ, ਜਿਹੜਾ ਗੁਰੂ ਸਿੱਖ ਦੂਸਰਾ ਹੈ ਜਿਹਦੇ ਵਾਲ ਵੀ ਹੈ ਉਹ ਵੀ ਇਸ 'ਚ ਪਾਰਟੀਸਪੇਟ ਕਰ ਸਕਦਾ, ਅਤੇ ਉਹਨੂੰ ਵੀ ਹੀ ਮਿਸਟਰ ਇੰਡੀਆ ਦਾ ਅਵਾਰਡ ਮਿਲੂਗਾ ਜੇ ਉਹ ਇਸ ਲੈਵਲ ਦਾ ਖੇਲੇਗਾ। ਦੇਖੋ ਪਿਛ ਇੱਕ ਤਾਂ ਪਹਿਲਾਂ ਵੀ ਹੋ ਚੁੱਕਾ, ਉਹਦੇ 'ਚ ਮੋਟੀਵੇਸ਼ਨ ਤਾਂ ਚੱਲਦੀ ਰਹੀ ਹੈ ਜੀ ਸ਼ੁਰੂ ਤੋਂ ਹਰ ਸਮੇਂ ਦੇ ਨਾਲ। ਹੁਣ ਇਹਨਾਂ ਨੂੰ ਮੌਕਾ ਮਿਲਿਆ, ਹੁਣ ਦੂਸਰਾ ਕੰਪੀਟੀਸ਼ਨ ਹੈ ਪੂਰੇ ਹਿੰਦੁਸਤਾਨ 'ਚ, ਮਿਸਟਰ ਇੰਡੀਆ ਦਾ ਮਤਲਬ ਹੈ ਪੂਰੇ ਹਿੰਦੁਸਤਾਨ 'ਚ ਲੋਕ ਆਉਣਗੇ, ਅਤੇ ਉਹਨਾਂ ਦਾ ਜੋ ਵੀ ਇੱਕ ਸਪੋਰਟਸਮੈਨ ਦੀ ਰਿਕੁਆਇਰਮੈਂਟ ਆ, ਉਹਨਾਂ ਦੀ ਰਹਾਇਸ਼, ਉਹਨਾਂ ਦਾ ਖਾਣਾ, ਹੈ ਨਾ, ਉਹਨਾਂ ਦੇ ਇਨਾਮ 20 ਲੱਖ ਦੇ ਇਨਾਮ ਦਿੱਤੇ ਜਾ ਰਹੇ। ਮੈਂ ਡਾਕਟਰ ਵਰੁਣ ਮਹਾਜਨ, ਮੈਡੀਕਲ ਡਾਇਰੈਕਟਰ ਮੈਡੀਸਿਟੀ ਹੋਸਪਿਟਲ ਮਜੀਠਾ ਰੋਡ ਤੋਂ ਆਇਆ। ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਮਿਸਟਰ ਇੰਡੀਆ 2024 ਹਰੀ ਸਿੰਘ ਨਲਵਾ ਜੀ ਦੇ ਕਲਾਸ ਨਾਮ 'ਤੇ, ਇਹ ਬਹੁਤ ਹੀ ਪ੍ਰਸ਼ੰਸਾ ਵਾਲਾ ਕੰਮ ਹੈ। ਇਸ ਵਿੱਚ ਮੈਨੂੰ ਅਤੇ ਮੇਰੇ ਹੋਸਪਿਟਲ ਦਾ ਇਨਵੋਲਵਮੈਂਟ ਇਹਨਾਂ ਦਾ ਕਰਾਉਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ, ਅਤੇ ਮੈਂ ਇਹਦੇ ਵਿੱਚ ਬਹੁਤ ਖੁਸ਼ ਹਾਂ ਕਿ ਮੈਂ ਇਸ ਪ੍ਰੋਗਰਾਮ ਵਿੱਚ ਮੈਂ ਵੀ ਆਪਣਾ ਨਾਮ ਸ਼ਾਮਿਲ ਕੀਤਾ। ਇਹ ਪ੍ਰੋਗਰਾਮ ਪੰਜਾਬ ਵਿੱਚ ਹੋ ਰਿਹਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦਾ ਪੰਜਾਬ ਦਾ ਯੂਥ ਨਸ਼ੇ ਵਿੱਚ ਜਾ ਰਿਹਾ, ਉਹਦਾ ਖੇਡਾਂ ਵੱਲ ਜਾਂ ਬੋਡੀ ਬਿਲਡਿੰਗ ਵੱਲ ਧਿਆਨ ਜਾਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹ ਨਸ਼ੇ 'ਚੋਂ ਨਿਕਲ ਕੇ ਪੰਜਾਬ ਦੀ ਤਰੱਕੀ ਵਿੱਚ ਕੰਮ ਦੇਣ, ਸਾਥ ਦੇਣ, ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਪਾਰਟੀਸਪੇਟ ਕਰਨ। ਅਤੇ ਬੜਾ ਅਕਸਰ ਕਿਹਾ ਜਾਂਦਾ ਹੈ, ਇਫ ਵੈਲਥ ਇਜ਼ ਲੋਸਟ ਦੈਨ ਨਥਿੰਗ ਇਜ਼ ਲੋਸਟ,
ਬਟ ਇਫ ਹੈਲਥ ਇਜ਼ ਲੋਸਟ ਦੈਨ ਐਵਰੀਥਿੰਗ ਇਜ਼ ਲੋਸਟ। ਜੇ ਪੈਸਾ ਗਿਆ ਤਾਂ ਕੁਛ ਵੀ ਨਹੀਂ ਗਿਆ, ਵਾਪਸ ਆ ਜਾਏਗਾ ਇੱਕ ਦਿਨ, ਲੇਕਿਨ ਜੇ ਹੈਲਥ ਚਲੀ ਗਈ ਤਾਂ ਫਿਰ ਕੁਛ ਵੀ ਨਹੀਂ ਆ ਸਕਦਾ। ਅਤੇ ਜਿਹੜਾ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ, ਇੱਕ ਬਹੁਤ ਜ਼ਿਆਦਾ ਮੈਸੇਜ ਦਿੰਦਾ ਪੂਰੇ ਪੰਜਾਬ ਨੂੰ, ਪੂਰੇ ਇੰਡੀਆ ਨੂੰ ਕਿ ਸਾਡੀ ਹੈਲਥ ਜਿਹੜੀ ਬੜੀ ਜ਼ਰੂਰੀ ਹੈ। ਮੈਂ ਇੱਕ ਵਾਰੀ ਪ੍ਰੋਗਰਾਮ ਅਟੈਂਡ ਕੀਤਾ ਸੀ, ਮੈਂ ਬਿਲਕੁਲ ਜੋਸ਼ ਦੇ ਵਿੱਚ ਆ ਗਿਆ ਸੀ ਕਿ ਮੈਨੂੰ ਆਪਣੀ ਹੈਲਥ ਬਣਾਉਣੀ ਆ। ਅਤੇ ਮੈਂ ਵਿਸ਼ਵਾਸ ਕਰਦਾ ਜਿੰਨੇ ਬੰਦੇ ਇਹ ਪ੍ਰੋਗਰਾਮ ਦੇਖਣਗੇ ਉਹਨਾਂ ਦੇ ਮਨ 'ਚ ਇੱਕ ਵਾਰੀ ਇਹ ਜ਼ਰੂਰ ਆਏਗਾ ਕਿ ਸਾਡੀ ਜਿਹੜੀ ਬੋਡੀ ਹੈ ਉਹ ਸਭ ਤੋਂ ਕੀਮਤੀ ਚੀਜ਼ ਹੈ ਸਾਡੇ ਵਾਸਤੇ। ਹੈਲਥ ਇਜ਼ ਵੈਲਥ।